एक ही कल सरबजीत सिंह उन्हां दा पुत्तर सतेंद्र सिंह ते कई गुंडा अंसरां ने मेरे घरे आके घर दे जिंदे भन्ने कुटमार कीती, मेरी माता नूं कुटिया ते जानी मारन दीआं धमकियां दित्तियां सानूं कि असीं इह मंग करदे हां कि साडे दी जिहड़ी बनदी कारवाई आ ਉਹ ਕੀਤੀ ਜਾਵੇ, ਸਾਨੂੰ ਜਿਹੜਾ ਜਾਨੀ ਮਾਰਨ ਜਾਨੀ ਨੁਕਸਾਨ ਤੋਂ ਸਾਨੂੰ ਬਚਾਇਆ ਜਾਵੇ, ਸਾਡਾ ਕੋਈ ਜਾਨੀ ਨੁਕਸਾਨ ਨਾ ਹੋਵੇ। ਮੈਂ, ਮੇਰਾ ਪਰਿਵਾਰ, ਮੇਰਾ ਬੱਚਾ ਸਭ ਉਰੇ ਪਿਛਲੇ 22 ਸਾਲ ਤੋਂ ਰਹਿ ਰਹੇ ਹਾਂ। ਕੀ ਮੰਗ ਕੀ ਕਰਦੇ ਪੁਲਿਸ ਤੋਂ ਮੇਰੀ ਕਿ ਬੰਦ ਦੀ ਕਾਰਵਾਈ, ਅਸੂਲਨ ਬੰਦ ਦੀ ਕਾਰਵਾਈ ਕੀਤੀ ਜਾਵੇ। ਇਹ ਕਿ ਕੱਲ੍ਹ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਹੈ 447/48 ਦੀ, ਅਤੇ ਜਿਹੜੀ ਸਾਡੇ ਨਾਲ ਕੁੱਟਮਾਰ ਹੋਈ ਆ, ਘਰ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਆ, ਉਹਨੂੰ ਦੇਖਦੇ ਸਾਰ ਬਣਦੀ ਕਾਰਵਾਈ ਕੀਤੀ ਜਾਵੇ, ਜਿਹੜੀ ਸਜ਼ਾ ਬਣਦੀ ਆ ਦੋਸ਼ੀਆਂ ਨੂੰ ਉਹ ਦਿੱਤੀ ਜਾਵੇ, ਜਿਹੜੀ ਧਾਰਾ ਹੋਰ ਲੱਗਦੀ ਆ ਉਹ ਲਾਈ ਜਾਵੇ, ਜਿਹੜੀ ਸਾਡੀ ਜਾਨ ਤੋਂ ਸਾਨੂੰ ਖਤਰਾ ਆ ਉਹਨਾਂ ਤੋਂ ਜਿਹੜਾ ਖਤਰਾ ਆ ਉਹਨੂੰ ਮੱਦੇਨਜ਼ਰ ਰੱਖ ਕੇ ਸਰਕਾਰ ਛੇਤੀ ਤੋਂ ਛੇਤੀ ਕੋਈ ਸਾਨੂੰ ਉਹ ਦੇਵੇ, ਹੱਕ ਦੇਵੇ, ਸਾਡਾ ਬਣਦਾ ਹੱਕ ਦੇਵੇ ਸਾਨੂੰ।